पठानकोट के बस अड्डे के बाहर बनी इमारत में आग लगने की खबर मिलने से दहशत का माहौल बन गया। जानकारी मुताबिक मेन बाजार की इस इमारत की दूसरी मंजिल पर बने कार्यालय में आज सुबह आग लगने की खबर फायर ब्रिगेड को दी गई, जिसके बाद मौके पर पहुंची फायर ब्रिगेड की टीम ने हालात पर काबू पा लिया। जानकारी देते हुए फायर ब्रिगेड के विभाग के अधिकारी ने बताया कि स्थिति सामान्य है और किसी भी प्रकार की जान माल का कोई नुकसान नहीं हुआ। सुबह 9 बजे आसपास आई आए थी जी, अभी पहले अपना ऑफिस बोलिया थे तुम्हारी तू आई जी, नाल दा ऑफिस ही मैडम ने सदया, फिर मैडम ने अपना ऑफिस बोलिया तो शॉर्ट सर्किट हो गया। ते भैया ऑफिस अपना की नुकसान है, बंदे बैठे थे ही या कितना बंदा बैठा था? आई थिंक शॉर्ट सर्किट की वजह नाल म्यूचुअल फंड दा ऑफिस कार भी फंड है। ਅਤੇ ਫਾਇਰ ਬ੍ਰਿਗੇਡ ਆਈ ਹੈ ਜੀ ਅਤੇ ਅੱਗ ਬੁਝਾਈ ਗਈ ਆ? ਫਾਇਰ ਬ੍ਰਿਗੇਡ ਵਾਲੇ ਆ ਗਏ ਆਪਣਾ ਕੰਮ ਸਭ ਕੁਝ ਕਰਕੇ ਗਏ, ਅੱਗ ਸਭ ਬੁਝਾ ਕੇ ਜਾਂਦੇ ਆ। ਅਤੇ ਉਹ ਕਹਿੰਦੇ ਆ ਕੇ ਸਰ ਸ਼ੋਰਟ ਸਰਕਟ ਦੀ ਵਜ੍ਹਾ ਨਾਲ। ਅਤੇ ਕੀ ਗੱਲਬਾਤ ਹੋਈ ਹੈ ਜੀ? ਇਹ ਬਿਜਲੀ ਨਾਲ ਬਿਜਲੀ ਸ਼ਾਰਟ ਕਰਕੇ। ਕਿੰਨੇ ਵਜੇ ਦੀ ਗੱਲ? ਉਹ 9 ਵਜੇ ਦੀ ਗੱਲ। ਅਤੇ ਇਸ ਲਈ ਕੋਈ ਨਹੀਂ ਹੈਗਾ ਜੀ ਇੱਥੇ? ਨਹੀਂ। ਅਤੇ ਤੁਸੀਂ ਦੇਖਿਆ ਹੋਣਗੇ? ਨਹੀਂ, ਇਹ ਕੁੜੀ ਨਾਲ ਖੋਲਿਆ ਨਾ ਗੇਟ ਜੀ, ਅਤੇ ਫਿਰ ਅੱਗ ਲੱਗੀ ਜੀ, ਧੂੰਆਂ ਧੂੰਆਂ। ਸਰ ਸਰ ਸਾਨੂੰ ਜੈਦੀਪ ਸਾਂਝੀ ਜੀ ਦਾ ਫੋਨ ਆਇਆ ਵੀ ਸਾਡੇ ਬਿਲਡਿੰਗ 'ਚ ਅੱਗ ਲੱਗ ਗਈ ਸੈਕਿੰਡ ਫਲੋਰ 'ਤੇ। ਅਸੀਂ ਉਸੇ ਵੇਲੇ ਫਾਇਰ ਟੈਂਡਰ ਫਾਇਰ ਐਕਸੀਕਿਊਸ਼ਨ ਵਿੱਚ ਸਟਾਫ ਲੈ ਕੇ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ, ਆਉਂਦੇ ਹੀ ਅਸੀਂ ਅੱਗ ਨੂੰ ਕੰਟਰੋਲ ਕਰ ਲਿਆ ਜੀ ਅਤੇ ਨੁਕਸਾਨ ਉਹ ਤੋਂ ਬਚਾ ਲਿਆ। ਅਤੇ ਕੀ ਕਾਰਨਾਂ ਦਾ ਪਤਾ ਲੱਗਾ ਜੀ? ਕਿਹੜੀ ਕੀ ਸਰ? ਮੇਰੇ ਹਿਸਾਬ ਨਾਲ ਕੋਈ ਇਲੈਕਟ੍ਰੀਕਲ ਸ਼ੋਰਟ ਹੋਇਆ ਹੋਣਾ ਜੀ, ਏ ਸੀ 'ਚ ਹੋਇਆ ਹੋਣਾ ਜਾਂ ਕੋਈ ਉਹਨਾਂ ਦੇ ਸਪਾਰਕ ਵਗੈਰਾ, ਅਤੇ ਬਸ ਨੁਕਸਾਨ ਨਹੀਂ ਹੋਇਆ ਹੈ ਕੋਈ ਜ਼ਿਆਦਾ, ਕੋਈ ਬੱਚਾ ਦੋ। ਅਤੇ ਕਿੰਨੇ ਕੁ ਵਜੇ ਦੀ ਘਟਨਾ ਜੀ? ਜਸਟ ਹੋਣੇ 15 ਮਿੰਟ। ਅੱਛਾ, 15 ਮਿੰਟ ਕਰ। ਅਤੇ ਕੋਈ ਜਾਨ ਮਾਲ ਦਾ ਜਾਂ ਕੋਈ ਬੰਦੇ ਬੈਠੇ ਜੀ ਅੰਦਰ ਹੀ, ਉਹਨਾਂ ਨੂੰ ਕੱਢਣਾ ਪਿਆ ਤੁਹਾਨੂੰ? ਅਸੀਂ ਦੁਆਰਾ ਉਹਨਾਂ ਨੂੰ ਬੰਦਿਆਂ ਨੂੰ ਕਿਹਾ ਕਿ ਤੁਸੀਂ ਦੁਆਰਾ ਬਾਹਰ ਨਿਕਲੋ, ਕਿਉਂਕਿ ਅਜੇ ਅੱਗ ਲੱਗੀ ਨਹੀਂ ਸੀ, ਸਿਰਫ ਧੂੰਆਂ ਹੀ ਸੀਗਾ। ਅਤੇ ਮੌਕੇ 'ਤੇ ਸਾਡੇ ਟੀਮ ਆਈ, ਕਮਲਜੀਤ ਸਿੰਘ ਡਰਾਈਵਰ, ਰਕੇਸ਼ ਕੁਮਾਰ ਫਾਇਰ ਅਫਸਰ ਸੀ ਮੇਰੇ ਨਾਲ, ਸਾਡੇ 2-3 ਫਾਇਰਮੈਨ ਸੀਗੇ ਅਤੇ ਅਸੀਂ ਆਪਦੇ ਕੰਟਰੋਲ। बेहतर व आधुनिक पसंद के लिए याद रखें रागी होम डेकोर, केयर ऑफ रागी डिस्ट्रीब्यूटर्स एंड प्रमोटर्स, वार्ड नंबर 11, नियर नोबेल्टी मॉल, ममून रोड, पठानकोट। कॉन्टेक्ट अस ऑन 9540066113।